ਫੁੜਕਾਚ ਦੀ ਕਵਾਰੀ ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਸਸ਼ੇਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਸਟੇਸ਼ਨ ਤੇ ਮੈਂ ਜੱਸੀ ਬੜੈਚ ਅੱਜ ਸਾਡੇ ਨਾਲ ਬਹੁਤ ਹੀ ਖੂਬਸੂਰਤ ਮਟਿਆਰ ਜਿਨ੍ਹਾਂ ਦੀ ਜ਼ੁਬਾਨ ਤੋਂ ਪੰਜਾਬੀ ਝਲਕਦੀ ਆ ਤੇ ਚਿਹਰੇ ਤੋਂ ਕਸ਼ਮੀਰ ਕਹਿ ਲੀਏ ਕਿ ਜਿਨ੍ਹਾਂ ਨੂੰ ਵੇਖ ਕੇ ਰਾਂਝੇ ਹੋ ਜਾਂਦੇ ਨੇ ਫਕੀਰ ਸਾਡੇ ਨਾਲ ਬਹੁਤ ਹੀ ਖੂਬਸੂਰਤ ਮਟਿਆਰ ਮੰਨਤਨੂਰ ਜੀ ਮੌਜੂਦ ਨੇ ਮੈਂ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਜੀ ਬਹੁਤ ਸੋਹਣੇ ਲੱਗ ਰਹੇ ਹੋ ਅੱਜ ਥੈਂਕ ਯੂ ਕੀ ਰਾਜ ਕੀ ਸੋਹਣੇ ਬਣਨ ਦਾ ਵੀ ਅੱਜ ਗੀਤ ਲਾਂਚ ਕੀਤਾ ਕਾ ਜਾਂ ਕਿਦਾਂ ਖੁਸ਼ੀ ਹੈ ਬਈ ਆਪਣਾ ਗਾਣਾ ਆਪਣੇ ਬੈਨਰ ਤੋਂ ਲਾਂਚ ਕੀਤਾ ਹੈ ਮੈਨ ਮੈਲੋਡੀ ਤੋਂ ਸੋ ਉਸ ਚੀਜ਼ ਦੀ ਖੁਸ਼ੀ ਹੈ ਤੇ ਖੁਸ਼ੀ ਦੇ ਵਿੱਚ ਇਨਸਾਨ ਖੂਬਸੂਰਤ ਲੱਗਣ ਲੱਗ ਜਾਂਦਾ ਹੈ ਵੈਸੇ ਵੀ ਤੁਸੀਂ ਖੂਬਸੂਰਤੀ ਲੱਗਦੇ ਹੋ ਨਾ ਕੋਈ ਕਰ ਐਦਾਂ ਬਣ ਕੇ ਜਿਵੇਂ ਅਸੀਂ ਤੁਹਾਡੇ ਚ ਕਹਿ ਲਈਏ ਅੱਜ ਥੋੜੀ ਆ ਚੀਜ਼ ਘਾਟ ਆ ਓ ਥੈਂਕ ਯੂ ਸੋ ਮਚ ਸੋ ਅੱਜ ਨਾ ਡਬਲ ਖੁਸ਼ੀ ਹੈ ਕਿਉਂਕਿ ਜਦੋਂ ਪੀਵੀਆਰ ਵੀ ਨਾ ਓਪਨ ਹੋ ਗਿਆ ਸੋ ਰੌਣਕਾਂ ਲੱਗੀਆਂ ਨੇ ਨਾ ਤੇ ਤੁਹਾਡਾ Song ਵੀ ਜਿੱਦਾਂ ਕਹਿ ਲਈਏ ਤੇ ਵੱਡੀ ਖੁਸ਼ੀ ਗੱਲ ਹੈ ਕਿ ਤੁਸੀਂ ਆਪਣੇ ਬ੍ਰਾਂਡ ਦੇ ਵਿੱਚ ਲਾਂਚ ਕੀਤਾ ਹੈ ਨਾ ਉਹਦੇ ਬਾਰੇ ਥੋੜਾ ਦੱਸੋ ਆਪਣਾ ਬ੍ਰੈਂਡ ਲਾਂਚ ਆਪਣੇ ਆਪਣੇ ਬੈਨਰ ਤੋਂ ਇਹ ਗਾਣਾ ਕੀਤਾ ਹੈ ਐਮ ਐਨ ਮੈਲੋਡੀ ਸੋ ਇਹਦਾ ਮੇਰਾ ਖਿਆਲ ਹੈ ਕਿ ਇਸ ਦਾ ਬਹੁਤ ਅੱਛਾ ਡਿਸੀਜਨ ਲੀਤਾ ਹੈ ਮੈਂ ਕਿਉਂਕਿ ਸਾਰੇ ਆਰਟਿਸਟ ਸਾਰੇ ਆਪਣੇ ਆਪਣੇ ਬੈਨਰ ਤੋਂ ਕਰ ਰਹੇ ਨੇ ਤੇ ਮੈਂ ਵੀ ਸੋਚਿਆ ਕਿ ਮੈਂ ਵੀ ਕਰਾਂ ਬਟ ਉਹ ਸਟਾਰਟ ਮੇਰਾ ਬਹੁਤ ਵਧੀਆ ਹੋਏਗਾ ਇਹ ਮੈਂ ਨਹੀਂ ਸੀ ਸੋਚਿਆ ਅ ਸਾਡਾ ਆਡੀਓ ਤੋਂ ਲੈ ਕੇ ਵੀਡੀਓ ਦਾ ਪ੍ਰੋਜੈਕਟ ਅ uh, ਵਿਦਿਨ 15 ਡੇਸ ਅਸੀਂ ਸਾਰਾ ਕੁਝ ਕਵਰ ਕੀਤਾ ਹੈ ਸੋ ਮੇਰੀ ਸਾਰੀ ਟੀਮ ਦਾ ਬਹੁਤ ਬਹੁਤ ਥੈਂਕਸ ਜਿਨ੍ਹਾਂ ਨੇ ਇਸ ਚੀਜ਼ ਨੂੰ ਸਪੋਰਟ ਕਰਕੇ ਅਸੀਂ ਅੱਜ ਫਾਈਨਲੀ गाना ਲਾਂਚ ਕਰ ਲਿਆ ਸੋ ਸਾਰੇ ਜਣੇ ਮੇਰੀ ਚੈਨਲ ਐਮ ਐਨ ਮੈਲਿਡ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਮੈਂ ਆਪਣੇ ਵੱਲੋਂ ਫੁੱਲ ਐਫਰਟਸ ਕਰ ਰਹੀ ਹਾਂ ਬਹੁਤ ਮਿਹਨਤ ਕਰ ਰਹੀ ਹਾਂ ਸੋ ਹੁਣ ਤੁਹਾਡੀ ਵਾਰੀ ਹੈ ਮੈਨੂੰ ਸਪੋਰਟ ਕਰਨ ਦੀ ਬਿਲਕੁਲ ਸੌਂਗ ਆਇਆ ਮੇਰਾ ਮਾਹੀ ਪਹਿਲਾਂ ਉਹਦੀਆਂ ਦੋ ਲਾਈਨਾਂ ਸੁਣਾ ਦਿਓ ਫਿਰ ਅੱਗੇ ਗੱਲ ਕਰਾਂਗੇ ਹੋਦੀ ਕੋਲ ਗੱਡੀ ਸੋਨੀ ਜੇ ਹੀ ਕਾਲਨੀ リティ गिफ्ट ਚ 골ਡ ਦੀਵਾਲੀ ਨੇ ਮੈਂ ਵੀ ਹੱਸਦੀ 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 ਨੇ ਕੰਨਾ ਚ ਚੁੰਮ ਕੇ ਪਾਲੀਨੀ ਕੇੰਦਾ ਝੰਜਰਾ ਵੀ ਲੈ ਦੁ ਬਸ ਇੱਕ ਵਾਰ ਕਹਿ ਤੂੰ ਮੇਰੇ ਵਿੜ ਵਿੱਚ ਆਣ ਸ਼ਹਿਨ ਕਾਦਨੀ ਮੈਨੂੰ ਇਹਨਾਂ ਸੋਣਾਂ ਮਾਹੀ ਮੇਰਾ ਮਿਲ ਆਏ ਵੀ ਆਦੇ ਨਹੀਂ ਵੀ ਆਦੇ ਨਹੀਂ ਕੀ ਬਾਤਾਂ ਬਹੁਤ ਹੀ ਖੂਬਸੂਰਤ ਜਦ ਕਰ ਲਗ ਰਹੀ ਨਾ ਵੀਡੀਓ ਦੀ ਇਹਦੇ ਵਿੱਚ ਜਗਰਾਜ ਅਨਸਪੁਰ ਯੂਰੇ ਨੇ ਕੰਮ ਕੀਤਾ ਗਿਆ ਸੋ ਕਿਦਾਂ ਸਵੱਬ ਬਣਿਆ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਕੋਈ ਹੋਰ ਆਪਸ਼ਨ ਸੀ ਕੀ ਜਾਂ ਬਸ ਫਾਈਨਲੀ ਉਹੀ ਸੀ ਕਿ ਉਹਨਾਂ ਨਾਲ ਹੀ ਕਰਨਾ ਨਹੀਂ ਮੈਂ ਪਹਿਲੀ ਵਾਰੀ ਮੇਰੀ ਟੀਮ ਸੋਚ ਰਹੀ ਸੀ ਬਟ ਕਿਸੇ ਦਾ ਡਿਸੀਜਨ ਨਹੀਂ ਸੀ ਲਿੱਤਾ ਕਿ ਉਹ ਸਾਟਿਸਟ ਨੂੰ ਲੈਣਾ ਬਟ ਮੇਰੇ ਮਾਈਂਡ ਦੇ ਵਿੱਚ ਨਾ ਸੱਡਨ ਆਇਆ ਕਿ ਜੇ ਇਸ ਗਾਣੇ ਦੇ ਵਿੱਚ ਯੁਵਰਾਜ ਜੀ ਕਰ ਲੈਣ ਤੇ ਮੇਰਾ ਗਾਣਾ ਬਹੁਤ ਅੱਛਾ ਹੋ ਜਾਏਗਾ ਬਹੁਤ ਅੱਛੇ ਉਹ ਬਹੁਤ ਗੁੱਡ ਲੁਕਿੰਗ ਨੇ ਹਨਾ ਸਾਨੂੰ ਇਦਾਂ ਦਾ ਚਾਹੀਦਾ ਸੀ ਮੁੰਡਾ ਸੋ ਜਦੋਂ ਮੈਂ ਉਹਨਾਂ ਨੂੰ ਕਾਲ ਕੀਤੀ ਤੇ ਉਹਨਾਂ ਨੇ ਬੜਾ ਪੋਜ਼ਿਟਿਵ ਰਿਸਪੌਂਸ ਦਿੱਤਾ ਸੋ ਇਦਾਂ ਜਾ ਕੇ ਆਪਣਾ ਗਾਣਾ ਬਣ ਗਿਆ ਮੰਨ ਦੀ ਸੂਰਤੀ ਕੱਲ ਕਰੀ ਤਾਂ ਜ਼ਿਆਦਾ ਟੇਕ ਹੀ ਨਾ ਲੱਤੇ ਨੇ ਜ਼ਿਆਦਾ ਟਾਈਮ ਕਿਉਂ ਲੈਂਦਾ ਸੀਗਾ ਨਾ ਸ਼ੂਟ ਤੇ ਵੀ ਆ ਦੁਬਾਰਾ ਕਰਨਾ ਦੁਬਾਰਾ ਕਰਨਾ ਅਸੀਂ ਦੋਨੋਂ ਤਾਂ ਨਹੀਂ ਇਸੇ ਲੈਂਦੇ ਨਹੀਂ ਡਾਇਰੈਕਟਰ ਸਾਹਿਬ ਵੀ ਲੈ ਲੈਣੇ ਸੀ ਨਹੀਂ ਡਾਇਰੈਕਟਰ ਸਾਹਿਬ ਨੂੰ ਤੁਸੀਂ ਪੁੱਛ ਸਕਦੇ ਹੋ ਕੁਈ ਟੈਕਨੀਕਲੀ ਪ੍ਰੋਬਲਮ ਕਰਕੇ ਹੋ ਜਾਏਗਾ ਤਾਂ ਉਹ ਅਲੱਗ ਗੱਲ ਹੈ ਬਟ ਅਸੀਂ ਜ਼ਿਆਦਾ ਟਾਈਮ ਨਹੀਂ ਲਿੱਤਾ ਸੀ ਕਿਉਂਕਿ ਅਸੀਂ ਬੜਾ ਨੇਚਰਲ ਐਕਟ ਕਰਦਾ ਸੀ ਅਸੀਂ ਬੜਾ ਨੇਚਰਲ ਵੇਨਲ ਕੀਤਾ ਸੀ ਅਸੀਂ ਬਹੁਤ ਜ਼ਿਆਦਾ ਐਕਟਿੰਗ ਵੈਕਟਿੰਗ ਨਹੀਂ ਕੀਤੀ ਕਿਉਂਕਿ ਐਕਟਿਕ ਤੋੜਾ ਦੇਖਦੇ ਆਂ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਬੜਾ ਤੁਸੀਂ ਨਾ ਐਕਟਿਵ ਰਹਨੇ ਹੋਗੇ ਨਾ ਤੁਹਾਡਾ ਇੱਕ ਤੁਹਾਡੀ ਇੱਕ ਅਦਾ ਵੀ ਕਹਿੰਦਾ ਕਿ ਮਿਲੀਅਨ ਦੇ ਵਿੱਚ ਜਾਂਦੀ ਐ ਮੈਨੂੰ ਤਾਂ ਲੱਗਦੀ ਏ ਤੂੰ ਗੀਤ ਕਰਨ ਦੀ ਲੋੜ ਆ ਬਸ ਇੱਕ ਇਦਾਂ ਹੀ ਹਾਈ ਬੋਲ ਕੇ ਬੋਲਦਿਆ ਕਰੋ ਉਦੋਂ ਮਿਲੀਅਨਸ ਚੱਲ ਜਾਂਦੇ ਤੋ ਇਬ ਮੈਂ ਹੁਣ ਸਟਾਰਟ ਕੀਤਾ ਹੈ ਮੇਰੇ ਫੇਸਬੁਕ ਪੇਜ ਤੇ ਕਾਫੀ ਅੱਛੇ ਫਾਲੋਅਰਸ ਨੇ ਉੱਥੇ ਮੇਰੀ ਰੀਚ ਅੱਛੀ ਚੱਲੀ ਜਾਂਦੀ ਹੈ ਸੋ ਇੰਸਟਾਗ੍ਰam ਤੇ ਮੈਂ ਹੁਣ ਸਟਾਰਟ ਕੀਤਾ ਜੋ ਬਹੁਤ ਪਹਿਲਾਂ ਸਟਾਰਟ ਕਰ ਲੈਣਾ ਚਾਹੀਦਾ ਸੀ ਸੋ ਏ ਚੀਜ਼ ਆ ਬਹੁਤ ਜ਼ਰੂਰੀ ਨੇ ਟਾਈਮ ਟੂ ਟਾਈਮ ਆਪਣੇ ਆਪ ਨੂੰ ਅਪਡੇਟਡ ਰੱਖਣਾ ਬਹੁਤ ਜ਼ਰੂਰੀ ਹੈ ਸੋ ਮੈਂ ਸਟਾਰਟ ਕੀਤੀਆਂ ਨੇ lettes see ਸੋ ਵੀ ਕੈਨ ਹੱਡ ਅਪ ਸਵਾਲ ਸੀ ਪਰਸਨਲੀ ਮੈਂ ਇਦਾਂ ਦੱਸੋ ਵੀ ਤੁਹਾਨੂੰ ਜ਼ਿਆਦਾ ਟਾਈਮ ਤਿਆਰ ਹੋਣ ਚ ਲੱਗਦਾ ਹੈ ਕਿ ਡੱਬ ਘਰਨ ਦੇ ਵਿੱਚ ਲੱਗਦਾ ਹੈ ਨਹੀਂ ਮੈਨੂੰ ਜ਼ਿਆਦਾ ਟਾਈਮ ਜਦ ਮੈਕਮੂਰੀ ਜ਼ਿਆਦਾ ਟਾਈਮ ਮੈਂ ਜੇ ਅੱਪੇ ਤਿਆ ਕਿ ਗਾਣਾ ਡਿਪੈਂਡ ਕਰਦਾ ਹੈ ਕਿ ਗਾਣਾ ਕਿ ਹੋ ਜਾਏ ਕਈ ਵਾਰ ਅਸੀਂ 2 ਘੰਟੇ ਵਿੱਚ ਲੱਗ ਜਾਂਦੇ ਹੁੰਦੇ ਗਾਣੇ ਤੇ ਡਿਪੈਂਡ ਕਰਦਾ ਕਈ ਵਾਰ ਤੁਸੀਂ ਫਸ ਜਾਂਦੇ ਹੋ ਕੋਈ ਚੀਜ਼ ਨਹੀਂ ਹੋ ਪਾ ਰਹੀ ਹੁੰਦੀ ਤੁਸੀਂ ਐਫਰਟ ਕਰ ਲੈਂਦੇ ਨਾ ਕੁਝ ਗਾਣੇ ਐਫਰਟਲੈਸ ਹੋ ਜਾਂਦੇ ਨੇ 15-20 ਮਿੰਟ ਚ ਗਾਣਾ ਹੋ ਜਾਂਦਾ ਸੋ ਕਈ ਵਾਰ ਬਹੁਤ ਔਖਾ ਗਾਣਾ ਅਸੀਂ 15 ਮਿੰਟ ਚ ਕਰ ਲੈਂਦੇ ਆ ਕਈ ਵਾਰ ਬਹੁਤ ਈਜ਼ੀ ਚੀਜ਼ ਹੁੰਦੀ ਹੈ ਦਿਨ 2 ਘੰਟੇ ਲੱਗ ਜਾਂਦੇ ਨੇ ਸੋ ਇਹ ਜਿਹੜੀ ਇਹ ਚੀਜ਼ ਹੈ ਆਵਾਜ਼ ਹੈ ਇਹ ਪਰਮਾਤਮਾ ਦੀ ਦੇਣ ਹੁੰਦੀ ਹੈ ਸਾਡੀ ਸਾਡੇ ਦੇ ਵਿੱਚ ਕੁਝ ਨਹੀਂ ਹੁੰਦਾ ਜਿੰਨਾ ਮਰਜੀ ਰਿਆਜ਼ ਕਰ ਲਈਏ ਕਈ ਵਾਰੀ ਸਫਾਜ ਨਹੀਂ ਹੁੰਦੇ ਸੋ ਇਦਾਂ ਦਾ ਕੁਝ ਵੀ ਨਹੀਂ ਕਿ ਕਿੰਨਾ ਟਾਈਮ ਲੱਗਦਾ ਕੀ ਪਤਾ ਸੋ ਇਦਾਂ ਅਸੀਂ ਆਈਡੀਆ ਲਗਾ ਸਕਦੇ ਹਾਂ ਕਿ ਤੁਸੀਂ ਜਲਦ ਸੰਦੂ ਹੁਣ ਵੱਡੀ ਸਕਰੀਨ ਤੇ ਵੀ ਦਿਖੋਗੇ ਫਿਲਮਾਂ ਦੇ ਵਿੱਚ ਫਿਲਮਾਂ ਦੇ ਵਿੱਚ ਆ ਫਿਲਹਾਲ ਤੇ ਮੈਂ ਆਪਣੇ ਗਾਣਿਆਂ ਨਾਲ ਸਟਾਰਟ ਕੀਤਾ ਫੀਚਰ ਕਰਨਾ ਸੋ ਲੈਟਸ ਸੀ ਉਹ ਵੀ ਹੋ ਸਕਦਾ ਹੈ ਬਿਲਕੁਲ ਸੋ ਨੇ ਲਾਸਟ ਵਾਲੇ ਕਿ ਜੇ ਤੁਹਾਨੂੰ ਦੇਖਿਆ ਜਾਵੇ ਤੁਹਾਡੇ ਜਿੰਨਾ ਤੁਸੀਂ ਨਾ ਬੈਕਗ੍ਰਾਉਂਡ 뮤ਜ਼ਿਕ ਆਵਾਜ਼ ਦਿੱਤੀ ਆਪਣੀ ਸੋ ਕਿਹੜੀ ਫਿਲਮ ਤੇ ਸੁਣ ਲੱਗਦਾ ਜੀ ਇਹ ਫਿਲਮ ਦੇ ਵਿੱਚ ਮੈਂ ਕਿਰਦਾਰ ਕਰਨਾ ਸੀਗਾ ਕੋਈ ਇਦਾਂ ਦੀ ਨੀ ਓਨੈਸਟਲੀ ਮੈਂ ਝੂਠ ਨਹੀਂ ਬੋਲਦੀ ਮੈਂ ਇਦਾਂ ਕਦੀ ਨਹੀਂ ਸੋਚਿਆ ਕਿਉਂਕਿ ਮੈਨੂੰ ਹਮੇਸ਼ਾ ਤੋਂ ਪਲੇਬੈਕ ਦਾ ਜ਼ਿਆਦਾ ਸ਼ੌਂਕ ਸੀ ਸੋ ਮੇਰੇ ਗਾਣੇ ਹੁੰਦੇ ਸੀ ਮੈਨੂੰ ਉਹਦੇ ਵਿੱਚ ਹੀ ਮੈਂ ਬਹੁਤ ਜ਼ਿਆਦਾ ਸੈਟੀਸਫਾਈਡ ਹੁੰਦੀ ਆ ਸੋ ਮੈਂ ਉਸ ਤਰੀਕੇ ਨਾਲ ਕਦੀ ਨਹੀਂ ਸੋਚਿਆ ਕਿ ਮੈਂ ਇਸ ਫਿਲਮ ਦੇ ਵਿੱਚ ਕੰਮ ਕਰਨਾ ਹੁਣ ਸਾਰੇ ਅਪਰੋਚ ਵੀ ਕਰਦੇ ਨੇ ਕਿ ਇਦਾਂ ਬਟ ਜਦੋਂ ਮੈਨੂੰ ਕੋਈ ਅੱਛਾ ਕੈਰੈਕਟਰ ਮਿਲੇਗਾ ਨਾਟ ਐਜ਼ ਅ ਹੀਰੋਇਨ ਮੇਬੀ ਕੋਈ ਮੈਨੂੰ ਇਦਾਂ ਦਾ ਕੈਰੈਕਟਰ ਮਿਲੇ ਕਿਸੇ ਫਿਲਮ ਦੇ ਵਿੱਚ ਦੇ ਵਿੱਚ ਮੈਂ ਆਪਣੀ ਪਰਸਨੈਲਿਟੀ ਨੂੰ ਦਿਖਾ ਸਕਾਂ ਜੋ ਮੈਂ ਹਾਂ ਉਹ ਸੋ ਅਬ ਐਸੀ ਉਨਾਂ ਜ਼ਿਆਦਾ ਹਲੇ ਸੋਚ ਨਹੀਂ ਕਿਉਂਕਿ ਹਲੇ ਮੇਰਾ ਆਪਣੇ ਕਿਉਂਕਿ ਮੈਂ ਬਹੁਤ ਜ਼ਿਆਦਾ ਆਪਣਾ ਇੱਕ ਇੱਕ ਬਿਜ਼ਨਸ ਸਟਾਰਟ ਕਰਨਾ ਬਹੁਤ ਔਖਾ ਹੁੰਦਾ ਸੋ ਇਹ ਬਿਜ਼ਨਸ ਹੀ ਆਪਣਾ ਚੈਨਲ ਸਟਾਰਟ ਕਰਨਾ ਉਸ ਤੋਂ ਪ੍ਰੋਜੈਕਟ ਰਿਲੀਜ਼ ਕਰਨੇ ਸੋ ਫਿਲਹਾਲ ਮੇਰਾ ਸਾਰਾ ਧਿਆਨ ਇੱਧਰ ਹੈ ਬਿਲਕੁਲ ਤੁਸੀਂ ਨਾ ਆਪਣਾ ਚੈਨਲ ਲਾਂਚ ਕੀਤਾਗਾ ਤੁਸੀਂ ਗੋਂਦੇ ਵੀ ਸੋਹਣੇ ਹੋਣਾ ਓਦਾਂ ਵੀ ਸੋਹਣੇ ਹੋ ਫਿਲਮਾਂ 'ਚ ਵੀ ਚੱਲ ਜਾਣਾਗਾ ਕੋਈ ਤਾਂ ਕੰਮ ਕਿਸੇ ਲਈ ਛੱਡ ਦੇਊਗਾ ਕਿ ਕੋਈ ਕਿਸੇ ਨੇ ਹੋਰ ਕਰ ਲੈਣੇ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਇਦਾਂ ਤਾਂ ਕੁਝ ਵੀ ਨਹੀਂ ਸੋਚਾਂਦੇ ਜਾਂਦੇ ਸਾਨੂੰ ਇੱਕ ਨਾ ਲੌਂਗ ਲੱਚੀ ਦੀ ਅਦੋਲ ਵਿੱਤ ਲੌਂਗ ਵੀ ਮਹਿਲਾ ਚੀ ਤੇਰੇ ਪਿਛੇ ਅਗਵਾ ਚੀ ਤੇਰੇ ਸ਼ੱਕੇ ਨਿਮਾਰੀ ਕੁੜੀ ਕੱਚ ਦੀ ਕਵਾਰੀ ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦ ਸੰਦਲੀ ਨਾਣਾ ਵਿੱਚ ਤੇਰਾ ਨਾਮ ਵੀ ਮੁੰਡਿਆ ਕੀ ਬੋਲੋ ਜੀ ਬਹੁਤ ਖੂਬ ਸੁਰਨ ਸਰਨਲ ਮੰਨਤ ਨੂਰ ਜੀ ਜਿਹਨਾਂ ਦੀ ਬੇਹੱਦ ਸੁਰਲੀ ਆਵਾਜ਼ ਸੋ ਬੇਹੱਦ ਚੰਗਾ ਅੰਦਾਜ਼ ਇਹਨਾਂ ਦਾ ਇਹਨਾਂ ਦਾ ਹਾਲੀ ਦੇ ਵਿੱਚ ਟਰੈਕ ਰਿਲੀਜ਼ ਹੋਇਆ ਮੇਰਾ ਮਾਹੀ ਜਿਨ੍ਹਾਂ ਨੂੰ ਬੜਾ ਸਲਾਹਿਆ ਗਿਆ ਲੋਕਾਂ ਵੱਲੋਂ YouTube ਤੇ ਬੜਾ ਹੰਗਾਰਾ ਮਿਲ ਰਿਹਾ ਸੋ ਦੇਖਦੇ ਰਹੋ ਸਾਡੇ ਨਾਲ ਬਨੇ ਰਹੋ ਚੈਨਲ ਪੰਜਾਬੀ ਸਟੇਸ਼ਨ